ਨਰਾਤਿਆਂ ਦੇ 8ਵੇਂ ਦਿਨ ਕੰਨਿਆ ਪੂਜਨ ਦੇ ਨਾਲ ਹੀ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ ਅਤੇ ਮਾਤਾ ਦੇ ਦਰਬਾਰ ਦੇ ਵਿੱਚ ਸੀਸ ਨਿਵਾਉਣ ਦੇ ਲਈ ਵੱਡੇ ਪੱਧਰ ਤੇ ਸ਼ਰਧਾਲੂ ਪਹੁੰਚੇ ਅਤੇ ਦੱਸ ਦਈਏ ਕਿ ਕੰਨਿਆ ਪੂਜਨ ਦੇ ਲਈ ਵੀ ਲੋਕਾਂ ਵਿੱਚ ਵੱਡਾ ਉਤਸ਼ਾਹ ਵੇਖਿਆ ਗਿਆ। ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਇਹ ਜਲੰਧਰ ਦੇ ਸਿੱਧ ਸ਼ਕਤੀਪੀਠ ਦੇਵੀ ਤਲਾਬ ਮੰਦਰ ਦੀਆਂ ਨੇ, ਜਿੱਥੇ ਕਿ ਭਗਤਾਂ ਦੀ ਵੱਡੀਆਂ ਲਾਈਨਾਂ ਵੇਖੀਆਂ ਜਾ ਸਕਦੀਆਂ ਨੇ ਜੋ ਕਿ ਮਾਤਾ ਦੇ ਦਰਬਾਰ ਵਿੱਚ ਹਾਜ਼ਰੀ ਲਗਾਉਣ ਦੇ ਲਈ ਪਹੁੰਚੇ ਨੇ। हमारा बहुत ही पावन पर्व है, अष्टमी है, सबके नवरात्रे मंगलमय रहे, सबके लिए माता रानी खुशियां लेके आए। आज महारानी देवी तलाब के दरबार के बैठे हैं। आज अष्टमी दिया सारे देशवासियों ने बहुत बहुत मुबारक, संगत आ रही ने और महारानी का आशीर्वाद लै रही ने। महारानी अगर अरदास करते हैं कि महारानी सब दिया आसा मुरादियां पूरी करे। बोल सच्चे दरबार की जय।